ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਅਤੇ ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ। ਜਿਵੇਂ ਕਿ ਤੁਹਾਡਾ ਵੀਰ ਤੁਹਾਡੇ ਲਈ ਕੋਸ਼ਿਸ਼ਾਂ ਕਰਦਾ ਹੈ ਕਿ ਸੋਹਣੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵੇ। ਮੈਂ ਉਮੀਦ ਕਰ ਰਿਹਾ ਇਨਸ਼ਾਅੱਲਾ ਤਾਲਾ ਜਿਹੜੀ ਹੁਣ ਮੈਂ ਵੀਡੀਓ ਅਪਲੋਡ ਕਰਾਂਗਾ ਆਪਣੇ ਚੈਨਲ 'ਤੇ ਤੁਹਾਨੂੰ ਪਸੰਦ ਵੀ ਆਏਗੀ। ਅਤੇ ਜਨਾਬ ਆਪਦੇ ਵੀਰ ਦਾ ਚੈਨਲ ਵੀ ਸਬਸਕ੍ਰਾਈਬ ਕੀਤਾ ਕਰੋ, ਨਾਲ ਬੈਲ ਕੌਨ ਦਾ ਬਟਨ ਉਹਨੂੰ ਦਬਾਇਆ ਕਰੋ ਕਿ ਹਰ ਆਉਣ ਵਾਲੀ ਵੀਡੀਓ ਦਾ ਬਾ ਆਸਾਨੀ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ। ਮੇਰੇ ਵੀਰੋ ਲੈਣੇ ਦੇਣ ਨਸੀਬ ਹੁੰਦੇ ਨੇ, ਤੁਹਾਡਾ ਵੀਰ ਕੋਸ਼ਿਸ਼ਾਂ ਕਰਦਾ ਕਿ ਚੰਗੀ ਸ਼ੈ ਵਿਖਾਵੇ। ਕੈਮਰਾਮੈਨ ਸਾਹਿਬ ਲਾ ਕੇ ਚੱਡਾ ਦਿਖਾਓ ਪਹਿਲੇ, ਇੱਥੇ ਪੂਰਾ ਵਿਰਲ ਦੇਖੋ ਮਾਜ ਦਾ ਚੱਡੇ ਦਾ ਜਨਾਬ, ਗਿੱਠ ਗਿੱਠ ਅਤੇ ਵਿਰਲੇ ਮੁੱਠ ਭਰ ਥਾਣੇ। ਮੇਰੇ ਵੀਰ ਜਿਹੜੇ ਚੱਡੇ ਨੂੰ ਸਮਝਦੇ ਨੇ ਉਹ ਦੇਖ ਰਹੇ ਨੇ ਹਰ ਚੀਜ਼। ਸੂਹ ਦੀ ਸਾਰ ਨਾਲ ਚੱਡਾ ਲਾਇਆ, ਮਾਲਕ ਦਾਦਾ ਦੂਸਰੇ ਸੂਹੇ ਮੱਝ ਹੈ। ਇਹ ਤੁਹਾਡੇ ਸਾਹਮਣੇ ਮੇਰੇ ਕੈਮਰੇ ਦੀ ਨਜ਼ਰ ਦੇ ਅੱਗੇ ਜਿਹੜੀ ਚੀਜ਼ ਵੀ ਹੈ ਜਨਾਬ, ਮੱਝ ਦੇ ਉੱਤੇ ਪਸ਼ਮ ਦੇਖ ਰਹੇ ਨੇ ਮੇਰੇ ਵੀਰ ਕਿ ਜਨਾਬ ਆਉਂਦੇ ਨੇ ਦੁੱਧਾਂ ਘਿਓ ਵਾਲੀਆਂ ਮੱਝਾਂ ਅਤੇ ਪਸ਼ਮਾਂ ਹੁੰਦੀਆਂ ਨੇ। ਅਤੇ ਜਨਾਬ ਇਹ ਦੇਖ ਰਹੇ ਹੋ ਕੰਨਾਂ 'ਚ ਇੰਨੇ ਨਹੀਂ ਪਸ਼ਮ ਹੈ, ਇਹ ਨੀਲੀ ਦਾ ਇਲਾਕਾ ਹੈ। ਨੀਲੀ ਤੋਂ ਅਸੀਂ ਵੀਰ ਰਹਿੰਦੇ ਹਾਂ ਕਮ ਸੋ ਕਮ 20 ਕਿਲੋਮੀਟਰ ਦੂਰ। ਨੀਲੀ ਦਾ ਦਰਿਆ ਜਿਹੜਾ ਸ਼ੁਰੂ ਹੋ ਜਾਂਦਾ ਨੀਲੀ ਦਾ ਬੈਲਟ, ਅਤੇ ਜਨਾਬ ਇਹਦੀ ਹੋਤੇ ਵਾਲੀ ਸਾਈਡ 'ਤੇ ਮੈਂ ਫਿਰ ਰਿਹਾ। ਅਤੇ ਇਹ ਤੁਸੀਂ ਦੇਖ ਰਹੇ ਹੋ ਵਿਰਲ ਅਗਾੜੀ ਦਾ ਵੀ ਵੇਖਦੇ ਪਏ ਨੇ ਮੇਰੇ ਵੀਰ, ਪੂਰਾ ਵਿਰਲ, ਸੋਹਣਾ ਵਿਰਲ ਮੱਝ ਦਾ। ਅਤੇ ਬਾਕੀ ਲੈਣੇ ਦੇਣ ਨਸੀਬ, ਮੈਂ ਕੋਸ਼ਿਸ਼ ਕਰਨਾ ਕਿ ਮੈਂ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਵਾਂ ਵੀਰਾਂ ਲਈ ਉਹ ਵੀਰਾਂ ਨੂੰ ਪਸੰਦ ਵੀ ਆਵੇ। ਉਮੀਦ ਵੀ ਕਰਨਾ ਪਿਛਲੀ ਵੀਡੀਓ ਤਰ੍ਹਾਂ ਮੇਰੇ ਵੀਰਾਂ ਨੂੰ ਪਸੰਦ ਵੀ ਆਏਗੀ। ਅਤੇ ਜਨਾਬ ਮੇਰੇ ਜਿੰਨੇ ਵੀ ਸਾਡੇ ਨਾਲ ਨਵੇਂ ਭਰਾ ਜੁੜਨ ਵਾਲੇ ਨੇ ਉਹਨਾਂ ਨੂੰ ਅਸੀਂ ਜਨਾਬ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਜਿਹੜੇ ਸਾਡੇ ਨਾਲ ਬਾਹਰਲੇ ਮੁਲਕੋਂ ਵੀ ਜਨਾਬ ਸਾਡੇ ਭਰਾ ਪਾਕਿਸਤਾਨੀ ਸਾਡੇ ਨਾਲ ਰਾਬਤਾ ਕਰਦੇ ਨੇ, ਸਾਰੀ ਗੱਲ ਕਰਦੇ ਨੇ। ਉਹਨਾਂ ਵਾਸਤੇ ਵੀ ਅਸੀਂ ਕੋਸ਼ਿਸ਼ਾਂ ਕਰਨੇ ਕਿ ਚੰਗੀ ਚੀਜ਼ ਪਾਈਏ, ਉਹਨਾਂ ਨੂੰ ਵੀ ਪਸੰਦ ਆਵੇ ਅਤੇ ਉਹਨਾਂ ਨਾਲ ਵੀ ਸਾਡਾ ਪਿਆਰ ਬਣਿਆ ਰਹੇ। ਚਾਚਾ ਇਹਨੂੰ ਛੱਡ ਕੇ ਥੋੜ੍ਹੇ ਜਿਹੇ ਟੋਰ ਮੱਝ ਨੂੰ ਕਿ ਵੇਖੀਏ ਇਹਦੇ ਕੋਈ ਲੱਤ ਦੇ ਵਿੱਚ ਕੋਈ ਜਨਾਬ ਕਿਤੋਂ ਦਬਾ ਦੀ ਜਾਂ ਲੱਤ ਛਿੱਕ ਦੀ ਤਰੂੰ ਦੀ ਤਾਂ ਨਹੀਂ। ਅਤੇ ਇਹ ਕੈਮਰਾਮੈਨ ਸਾਹਿਬ ਲਾ ਕੇ ਐਨ ਉੱਤੇ ਚੜ੍ਹ ਕੇ ਲਾਓ ਕਿ ਪਿੱਛੇ ਚੱਡੇ ਦਾ ਵਿਊ ਨਜ਼ਰ ਆਵੇ। ਪਤਾ ਮੇਰੇ ਵੀਰਾਂ, ਚਾਚਾ ਹੌਲੀ ਹੌਲੀ ਟੋਰ, ਆਪਾਂ ਕੋਈ ਨੁਮਾਇਸ਼ 'ਤੇ ਨਹੀਂ ਲਈ ਜਾਂਦੇ, ਹੌਲੀ ਹੌਲੀ ਟੋਰ, ਥੋੜ੍ਹਾ ਜਿਹਾ ਕਰ ਮੱਝ ਨੂੰ ਚੱਡਾ ਵਾਨਾ ਪੂਰਾ ਮੱਝ ਦਾ ਦਿਸੇ ਅਤੇ ਮੇਰੇ ਵੀਰਾਂ ਦੇ ਨਜ਼ਰ ਦੇ ਸਾਹਮਣੇ। ਅਤੇ ਬਾਕੀ ਮਾਲਕ ਨਾਲ ਗੱਲਾਂ ਕਰਾਂਗੇ, ਸੂਈ ਕਿੰਨੇ ਦਿਨਾਂ ਦੀ ਉਹ ਵੀ ਮਾਲਕ ਤੋਂ ਪੁੱਛਾਂਗੇ। ਹੁਣ ਇਹ ਮੱਝ ਦੀ ਤਸੱਲੀ ਕਰਾ ਕੇ ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਬੱਚਾ ਵੀ ਕਰਾਉਣਗੇ, ਵਿਖਾਉਣਗੇ, ਪਹਿਲੇ ਤਸੱਲੀ ਮੱਝ ਦੀ ਕਰਾ ਲੈਣ ਤੁਹਾਨੂੰ ਕਿ ਤੁਹਾਨੂੰ ਇਹ ਦਿਖਾ ਰਹੇ ਨੇ ਕੈਮਰੇ ਦੀ ਨਜ਼ਰ ਦੇ ਅੱਗੇ ਜਿਹੜੀ ਚੀਜ਼ ਵੀ। ਜਨਾਬ ਮੇਰੇ ਭਰਾਵਾਂ ਨੂੰ ਮੈਂ ਆਖੀ ਜਾਵਾਂ, ਇਹ ਨੀਲੀ ਦਾ ਬ੍ਰਾਂਡ ਹੈ, ਜਿਹੜਾ ਬ੍ਰਾਂਡ ਹੈ ਤੁਹਾਡੇ ਅੱਗੇ ਮੇਰੇ ਵੀਰਾਂ ਦੇ। ਚੀਜ਼ ਜਿਹੜੀ ਚੰਗੀ ਹੁੰਦੀ ਆਪੇ ਦੱਸ ਦਿੰਦੀ, ਜਿਹੜੀ ਜਨਾਬ ਜਿਹੀ ਹੁੰਦੀ ਮਾੜੀ ਹੋਵੇ ਉਹ ਵੀ ਦੱਸ ਦਿੰਦੀ ਹੈ। ਅਤੇ ਚੰਗੀ ਸ਼ਾਇਦ ਆ ਵੱਖੀ ਦੇਖਦੇ ਪਿਓ, ਇਹ ਦੇਖਦੇ ਮੈਂ ਮੇਰਾ ਮੁੱਕਾ ਵੱਖੀ ਦੇ ਵਿੱਚ ਜਾ ਰਿਹਾ। ਵੱਖੀ ਇੰਨੀ ਜਨਾਬ ਇਹ ਛੋਟੀ ਹੈ ਅਤੇ ਛੋਟੀ ਵੱਖੀ ਦੀਆਂ ਮੱਝਾਂ ਪਸੰਦ ਮੇਰੇ ਵੀਰ ਬਹੁਤ ਕਰਦੇ ਨੇ। ਅਤੇ ਇਹ ਮੇਰੇ ਵੀਰਾਂ ਦੇ ਸਾਹਮਣੇ, ਅਤੇ ਇਹ ਬੱਚਾ ਹੈ ਜਨਾਬ, ਕੈਮਰਾਮੈਨ ਸਾਹਿਬ ਤੁਹਾਨੂੰ ਬੱਚਾ ਲਾ ਕੇ ਦਿਖਾਉਣਗੇ। ਅਤੇ ਜਨਾਬ ਬੱਚਾ ਕੱਟਾ ਹੈ ਕਿ ਚਾਚਾ ਕੱਟੀ ਹੈ? ਕੱਟਾ ਹੈ ਇਹ ਜਨਾਬ, ਕੱਟਾ ਇਹਦੇ ਪਿੱਛੇ। ਅਤੇ ਜਨਾਬ ਸਫੈਦ ਚਿੱਟੀਆਂ ਅੱਖਾਂ ਨੇ ਕੱਟੇ ਦੀਆਂ, ਮੱਝ ਦੀਆਂ ਅੱਖਾਂ ਵੀ ਜਨਾਬ ਕਾਲੀਆਂ ਨੇ। ਹੁਣ ਕਰਾਂਗੇ ਆਪਾਂ ਮਾਲਕ ਨਾਲ ਗੱਲ। ਅਸਲਾਮ ਵਾਲੇਕੁਮ ਚਾਚਾ ਜੀ। ਚਾਚਾ ਜੀ ਕੀ ਹਾਲ ਨੇ ਤਬੀਤਾਂ ਦੇ? ਖੈਰ ਖਰੀਏ ਤੇ ਚਾਚਾ ਜੀ, ਆਪਣਾ ਨਾਮ ਕੀ ਪਹਿਲੇ ਦੱਸੋ? ਗੁਲਾਮ ਅਬਾਸ। ਚਾਚਾ ਗੁਲਾਮ ਅਬਾਸ, ਆਪਾਂ ਗੱਲ ਕਰਨੀ ਕਲੀਅਰ ਤੋਂ 16 ਨੇ ਜਿਹੜੀ ਆਪਾਂ ਨੂੰ ਕੱਲ੍ਹ ਨੂੰ ਦੇਣੀ ਨਾ ਆਵੇ ਗੱਲ, ਕਿਉਂਕਿ ਆਪਾਂ ਨੂੰ ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ। ਆਪਣੇ ਵੀਰ ਆਪਣੇ 'ਤੇ ਇਤਮਾਦ ਕਰਦੇ ਨੇ, ਭਰੋਸਾ ਕਰਦੇ ਨੇ, ਆਪਾਂ ਉਹਨਾਂ ਦਾ ਭਰੋਸਾ ਅਤੇ ਇਤਮਾਦ ਬਣਿਆ ਰਹਿਣ ਦੇਣਾ, ਭਰੋਸਾ ਅਤੇ ਇਤਮਾਦ ਉਹਨਾਂ ਦਾ ਗੁਆਉਣਾ ਨਹੀਂ ਹੈ। ਅਤੇ ਚਾਚਾ ਇਹਦੇ ਥੱਲੇ ਜਿਹੜਾ ਦੁੱਧ ਹੈ ਮੈਨੂੰ ਓਰੀਜਨਲ ਦੱਸਣਾ, ਜਿਹੜਾ ਆਪਾਂ ਚੁਆ ਪਾਈਏ ਅਤੇ ਉਹਨਾਂ ਹੋਵੇ, ਇਹ ਨਾ ਹੋਵੇ ਕਿ ਚੁਆ ਦੇ ਵਿੱਚ ਦੁੱਧ ਘੱਟ ਜਾਵੇ। ਠੀਕ ਹੈ, ਹੁਣ ਆਪਾਂ ਜਿਹੜੀ ਗੱਲ ਕਰ ਲਾਂਗੇ ਉਹ ਆਪਾਂ ਨੂੰ ਕੱਲ੍ਹ ਨੂੰ ਦੇਣੀ ਨਹੀਂ ਆਵੇਗੀ, ਜੇ ਆਪਾਂ ਝੂਠ ਮਾਰ ਲਾਂਗੇ ਉਹ ਕੱਲ੍ਹ ਨੂੰ ਦੇਣਾ ਆਵੇਗਾ। ਇਹਦੇ ਥੱਲੇ ਚਾਚਾ ਦੁੱਧ ਕਿੰਨਾ? 10 ਲੀਟਰ ਹੈ। 10 ਲੀਟਰ ਹੈ, ਪੱਕੀ ਗੱਲ ਹੈ? ਪੱਕੀ। ਕਿੰਨੇ ਥਾਂ ਛੱਡਣਾ ਬੱਚੇ ਨੂੰ ਅਤੇ ਕਿੰਨੇ ਥਾਂ ਚੋਣਾ? ਬੱਚੇ ਨੂੰ ਅਗਲੇ ਥਾਣਾ ਚੰਗਾਈ ਦੇ, ਥੋੜ੍ਹਾ ਥੋੜ੍ਹਾ ਛੱਡ ਦਿੰਦਾ ਬੱਚਾ, ਯਾਨੀ ਕਿ ਬੱਚਾ ਜਿਹੜਾ ਛੱਡ ਦਿੰਦਾ ਉਹ ਚੁਆਈ ਕਰ ਲੈਣਾ, ਚੁਆਈ ਕਰ ਲੈਣਾ ਅਤੇ ਪਿਛਲੇ ਥਾਂ ਨਿਚੋੜ ਕਰ, ਨਿਚੋੜ ਕਰਨਾ। ਅਤੇ ਚਾਚਾ ਇਹਦੇ ਥੱਲੇ 5 ਲੀਟਰ ਦੁੱਧ ਇੱਕ ਡੰਗ ਦਾ, 10 ਲੀਟਰ ਦੁੱਧ? ਠੀਕ, ਇਵੇਂ ਹੀ ਹੈ? ਨਹੀਂ ਨਹੀਂ ਮੈਂ ਨਹੀਂ, ਠੀਕ ਤੂੰ ਦੱਸਣਾ ਜਿਹੜਾ ਤੂੰ ਮੈਨੂੰ ਦੱਸਿਆ ਦੁੱਧ ਇਹਦੇ ਥੱਲੇ 10 ਲੀਟਰ ਪੱਕਾ? ਪੱਕਾ 10 ਲੀਟਰ ਹੈ ਮੇਰੇ ਤੇ ਨਾ ਜਾ, ਮੈਂ ਤਾਂ ਤੈਨੂੰ ਹੁਣ ਆਖਾਂ 20 ਲੀਟਰ ਤੇ ਕੱਲ੍ਹ ਹੋਵੇ ਨਾ, ਮੈਂ ਆਦਿ 10 ਕਿ ਜਿਹੜਾ ਪੂਰਾ ਕਰਾ ਲਈ। 10 ਲੀਟਰ ਹੈ। ਅਤੇ ਚਾਚਾ ਸੂਈ ਕਿੰਨੇ ਦਿਨਾਂ ਦੀ? 4 ਦਿਨ ਦੀ ਸੂਈ। ਇਹ ਚਾਚਾ ਸੂਏ ਕਿਨਵੇਂ? ਦੂਜੇ ਸੂਏ। ਅਤੇ ਚਾਚਾ ਜੀ ਇਹਦਾ ਆਪਾਂ ਰੇਟ ਮਕੂਲ ਜਿਹਾ ਕਰਨਾ ਕਿ ਜਿਹੜਾ ਵੀਰਾਂ ਨੂੰ ਰੇਟ ਵੀ ਪਸੰਦ ਆਵੇ, ਆਪਾਂ ਵਿਚਕਾਟ ਬਹੁਤਾ ਨਹੀਂ ਮਾਰ? ਨਹੀਂ, ਆਪਾਂ ਵੱਧ ਮੰਗਣ ਦਾ ਕੋਈ ਫਾਇਦਾ ਹੀ ਕੋਈ ਨਹੀਂ, ਜਿਹਨੇ ਦਾ ਮਾਲ ਆਪਾਂ ਲੈਣਾ। ਹਾਂ, ਉਹ ਫਿਰ ਵਿਕ ਵੀ ਜਾਂਦੀ ਹੈ। ਆਪਾਂ ਇਹਦਾ 2 ਲੱਖ ਰੁਪਏ ਲਾਉਂਦੇ। 2 ਲੱਖ? ਕੋਈ ਇਹਦੇ 'ਚ ਪਿਆਰ ਮੁਹੱਬਤ ਨਹੀਂ ਚਾਚਾ? ਕੋਈ ਪਿਆਰ ਮੁਹੱਬਤ, ਕੋਈ ਗੁੰਜਾਇਸ਼ ਜਿਹੜਾ ਵੀਰ ਆਪਣਾ ਪਾਸ ਆਵੇਗਾ? ਚਲੋ ਕੋਈ ਥੋੜ੍ਹਾ ਬਹੁਤਾ ਹੁੰਦਾ ਹੈ। ਕਿੰਨਾ ਕੁ ਕਰੇਗਾ, ਕਿੰਨਾ ਕੁ ਕਰੇਗਾ ਸਾਨੂੰ? ਚਲੋ ਵੀਡੀਓ 'ਚ ਹੀ ਕਰ ਦੇ, ਦੇਖਦੇ ਪੈਣ ਹੁਣੇ ਉਹਨਾਂ ਨੂੰ ਪਤਾ ਲੱਗ ਜਾਏਗਾ ਜਿਹੜਾ ਤੂੰ ਪਿਆਰ ਕਰਨਾ ਉਹਨਾਂ ਨੂੰ। 5000 ਕਰ ਲਾ। ਨਹੀਂ, ਥੋੜ੍ਹਾ ਜਿਹਾ ਹੋਰ ਕਰ ਲਾ।
चलो यार जे तू आना जे तक कर लांगे। अच्छा चलो प्यार करोगे साडे नाल जरूर। थोड़ा बहुता। अच्छा थोड़ा बहुता। जनाब तुसी वीडियो देख लिए, मालिक नाल सारियां गल्लां हो गईयां। 10 लीटर दुध दसदे ने माई थले, ते मेरे वीर उन्हें रेट भी फाइनल कर दिता है। 1,95,000 रुपया उन्होंने कहा फाइनल रेट है। ते जनाब मेरे जिस वीर ने खरीदनी हो वो साडे नाल राबता नंबर कर सकता है। साडा राबता नंबर मैं देना जिस भरा ने मेरे मज खरीदनी हो 0302-4029-695 यही साडा वट्सअप नंबर है, यही साडा राबता नंबर है। लेने देने वीर नसीब होंगे ने कि आपके वीर नूं कमेंट्स ते जनाब आपके वीर की वीडियो एक दूसरे शेयर जरूर किया करो, क्योंकि साडे हौसले बुलंद होंगे ने वीर के प्यार। इंशाल्लाह ताला तुहाडे लई असीं कोशिशां करदे रहांगे, जरूर करदे रहांगे। साडी ख्वाहिश यह होंगी कि जिहड़ी चीज़ पाई असीं सोहणी ते सुथरी पाइए, बाकी जनाब लैणे देणे नसीब हुंदे ने। ते आपके वीर हुंदे इजाजत। पाकिस्तान जिंदाबाद।